ਦੇਸ਼ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਜੀਆਂ ਆ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸਰਦਾਰ ਤਰਲੋਚਨ ਸਿੰਘ। ਸਰਦਾਰ ਤਰਲੋਚਨ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਔਰ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ। ਅੱਜ ਦੁਨੀਆਂ ਭਰ ਦੇ ਵਿੱਚ 1975 ਦੇ 25 ਜ਼ੂਨ ਦਾ ਜ਼ਿਕਰ ਆ। ਅੱਜ ਭਾਵੇਂ ਚੀਨ ਦੇ ਬਾਰਡਰ ਦੇ ਉੱਤੇ ਬਹੁਤ ਭਾਰੀ ਦਹਿਸ਼ਤ ਹੈ, ਬਹੁਤ ਤਣਾਅ ਹੈ, ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 25 ਜੂਨ ਨਹੀਂ ਭੁੱਲਦੀ। ਅੱਜ ਅਕਾਲੀਆਂ ਦੀ ਫੇਸਬੁੱਕ ਬੋਲਦੀ ਆ, ਬਾਦਲਕਿਆਂ ਦੀ ਫੇਸਬੁੱਕ ਬੋਲਦੀ ਹੈ ਕਿ ਇਹ ਮਾੜਾ ਦਿਨ ਸੀ, ਅਸੀਂ ਇਹਦੇ ਖਿਲਾਫ ਲੜੇ। ਅੱਜ ਪੂਰੇ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਹਦਾ ਜ਼ਿਕਰ ਹੈ, ਲੇਕਿਨ ਜੋ ਜ਼ਿਕਰ ਹੋਣੇ ਬਣਦੇ ਉਹ ਨਹੀਂ ਹੋਏ। ਇਤਿਹਾਸ ਕੀ ਹੈ, ਗੱਲ ਸ਼ੁਰੂ ਕਿੱਥੋਂ ਹੋਈ, ਔਰ ਪੰਜਾਬ ਦਾ ਤੇ ਇਸ ਐਮਰਜੈਂਸੀ ਦਾ ਆਪਸੀ ਸੰਬੰਧ ਕੀ ਆ, ਅਸੀਂ ਕਿੰਨੇ ਨੁਕਸਾਨ ਉਠਾਏ, ਅਸੀਂ ਕੀ ਕੀਤਾ, ਗਲਤੀਆਂ ਕਿੱਥੇ ਕੀਤੀਆਂ। ਇੰਦਰਾ ਗਾਂਧੀ ਦੀ ਜਿੱਦ ਔਰ ਅਕਾਲੀਆਂ ਦੇ ਹੱਥ ਦੇ ਵਿੱਚ ਪਿੱਸਿਆ ਕੌਣ, ਪੰਜਾਬ ਕਿੰਨਾ ਸਫ਼ਰ ਕੀਤਾ, ਪੰਜਾਬ ਕਿੰਨਾ ਪਿੱਛੇ ਚਲੇ ਗਿਆ, ਬਹੁਤ ਸਾਰੇ ਸਵਾਲ ਹੈ। ਸਰਦਾਰ ਤਰਲੋਚਨ ਸਿੰਘ ਚਸ਼ਮਦੀਦ ਨੇ, ਜਦੋਂ 75 ਦੀ ਐਮਰਜੈਂਸੀ ਲੱਗਦੀ ਹੈ ਉਦੋਂ ਵੀ ਇਹ ਕਾਰਾਮਦ ਸੀ, ਕਿਰਿਆਸ਼ੀਲ ਸੀਗੇ, ਵੱਡੇ ਲੋਕਾਂ ਦੇ ਸੰਪਰਕ ਵਿੱਚ ਸੀ। ਗਿਆਨੀ ਜੈਲ ਸਿੰਘ ਦਾ ਰੋਲ ਵੀ ਉਦੋਂ ਅਹਿਮ ਸੀਗਾ, ਔਰ ਬਹੁਤ ਸਾਰੀਆਂ ਮੀਟਿੰਗਸ ਦਾ ਜ਼ਿਕਰ ਹੈ। ਅੱਜ ਅਸੀਂ ਇਹਨਾਂ ਕੋਲ ਸਾਖਸ਼ਾਤ ਪੁੱਛਾਂਗੇ ਕਿ ਆਖਿਰ ਉਹ ਘਟਨਾਕ੍ਰਮ ਕੀ ਸੀ। ਸਰਦਾਰ ਸਾਹਿਬ ਜੀ ਆਇਆ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ। ਇਹ ਦਰਅਸਲ ਸਰਦਾਰ ਸਾਹਿਬ ਸਾਰਾ ਮਾਜਰਾ ਕੀ ਸੀਗਾ, ਇਹ ਪੰਜਾਬ ਔਰ ਐਮਰਜੈਂਸੀ ਦਾ ਤਲੋਕਾਤ ਕੀ ਸੀ, ਸਾਡਾ ਮੋਰਚਾ ਲਾਉਣ ਦਾ ਆਧਾਰ ਕੀ ਸੀਗਾ, ਸਾਡੀਆਂ ਪਰੰਪਰਾਵਾਂ ਸੀ ਕਿ ਸਾਡੀ ਕੁਰਸੀ ਸੀ, ਇੰਦਰਾ ਗਾਂਧੀ ਨਾਲ ਸਿੱਧੇ ਟਕਰਾਅ ਚ ਆ ਕੇ ਅਸੀਂ ਕੀ ਖੱਟਿਆ, ਕੀ ਕਮਾਇਆ, ਕੀ ਗਵਾਇਆ, ਸਾਡੀ ਉਦੋਂ ਦੀ ਲੀਡਰਸ਼ਿਪ ਦੇ ਕਿਰਦਾਰ ਕਿਹੋ ਜਿਹੇ ਸੀ, ਔਰ ਅੱਜ ਦੂਰੋਂ ਬਹਿ ਕੇ ਕਈ ਸਾਲਾਂ ਬਾਅਦ ਉਹ ਸਭ ਕੁਝ ਕਿਹੋ ਜਿਹਾ ਨਜ਼ਰ ਆਉਂਦਾ, ਜਦੋਂ ਕਿ ਤੁਸੀਂ ਉਦੋਂ ਹਿੱਸੇਦਾਰ ਸੀ ਸਾਰੇ ਘਟਨਾਕ੍ਰਮ ਦੇ। ਬਹੁਤ ਅੱਛਾ ਸਵਾਲ ਹੈ ਤੁਹਾਡਾ, ਲੇਕਿਨ ਮੈਂ ਜੋ ਅੱਜ ਤੁਹਾਡੀ ਚੈਨਲ ਤੇ, ਕਿਉਂਕਿ ਹਿਸਟੋਰੀਕਲ ਈਵੈਂਟ ਹੈ ਜੀ, ਔਰ ਦੇਸ਼ ਦੇ ਇਤਿਹਾਸ ਵਿੱਚ ਦੇਖੋ 47 ਚ ਇੰਡੀਆ ਇੰਡੀਪੈਂਡੈਂਟ ਹੋਇਆ, 1950 ਚ ਇੰਡੀਆ ਦਾ ਨਵਾਂ ਕਾਨਸਟੀਟਿਊਸ਼ਨ ਆਇਆ, ਉਸ ਕਾਨਸਟੀਟਿਊਸ਼ਨ ਦੀ ਪਹਿਲੀ ਵਾਇਓਲੇਸ਼ਨ ਕਿ ਐਮਰਜੈਂਸੀ ਇਹ 1975 ਚ ਹੋਈ, ਸੋ ਇਹ ਮੁੜ ਕੇ ਹੋਈ ਨਹੀਂ। ਸੋ ਇੱਕ ਵਾਰੀ ਕਾਨਸਟੀਟਿਊਸ਼ਨ ਵਾਇਲੇਟ ਹੋਇਆ, ਐਮਰਜੈਂਸੀ ਲੱਗੀ, ਸੋ ਇਸ ਕਰਕੇ ਇਹ ਬੜਾ ਹਿਸਟੋਰਿਕ ਸਵਾਲ ਹੈ ਤੁਹਾਡਾ, ਔਰ ਮੈਂ ਚਾਹੁੰਦਾ ਕਿ ਤੁਹਾਡੇ ਜਿਹੜੇ ਦਰਸ਼ਕ ਹਨ ਉਹਨਾਂ ਨੂੰ ਐਜੂਕੇਟ ਕਰਾਉਣ ਦਾ, ਮੇਰਾ ਕੋਈ ਮਤਲਬ ਕਿਸੇ ਬਾਰੇ ਕਮੈਂਟ ਕਰਨ ਦਾ ਨਹੀਂ, ਹਿਸਟੋਰੀਕਲ ਰਿਕਾਰਡ ਮੈਂ ਅੱਜ ਇਹ ਦੱਸਣਾ ਚਾਹੁੰਦਾ। ਇਹ ਇੱਦਾਂ ਵਾਪਰਿਆ ਕਿ ਇੰਦਰਾ ਗਾਂਧੀ ਜਦੋਂ ਇਲੈਕਟ ਹੋਈ ਪਾਰਲੀਮੈਂਟ ਵਿੱਚ, ਤਾਂ ਉਹਦੇ ਖਿਲਾਫ ਇੱਕ ਇਲੈਕਸ਼ਨ ਪਟੀਸ਼ਨ ਸੀ, ਰਾਜ ਨਾਰਾਇਣ ਜੀ ਹਾਰੇ ਸੀ, ਇਹ ਉਹਨਾਂ ਨੇ ਇਲੈਕਸ਼ਨ ਪਟੀਸ਼ਨ ਪਾਈ ਸੀ, ਉਹ ਅਲਾਹਾਬਾਦ ਹਾਈ ਕੋਰਟ, ਕਿਉਂਕਿ ਯੂਪੀ ਦੀ ਹਾਈ ਕੋਰਟ ਅਲਾਹਾਬਾਦ ਉੱਥੇ ਲੱਗੀ ਸੀ। ਸੋ ਜਿਹੜਾ ਜੱਜ ਸੀ ਅਲਾਹਾਬਾਦ ਹਾਈ ਕੋਰਟ ਦਾ, ਉਹਨੇ ਇੰਦਰਾ ਗਾਂਧੀ ਨੂੰ ਜਿਹੜੀ ਇਲੈਕਸ਼ਨ ਹੋਈ ਉਹਦੇ 'ਚ ਉਹਨੇ ਉਹਨੂੰ ਅਨਸੀਟ ਕਰਤਾ ਕਿ ਜਿਹੜੀ ਇਲੈਕਸ਼ਨ ਹੋਈ ਹੈ ਉਹ ਇਨਵੈਲਿਡ ਹੈ। ਸੋ ਇਹ ਬਹੁਤ ਵੱਡਾ ਵਾਕਿਆ ਇਤਿਹਾਸ ਵਿੱਚ ਕਿ ਪ੍ਰਾਈਮ ਮਿਨਿਸਟਰ ਨੂੰ ਅਨਸੀਟ ਕਰਤਾ ਹਾਈ ਕੋਰਟ ਦੀ ਜੱਜਮੈਂਟ ਨੇ। ਸੋ ਸਾਰਾ ਕੰਟਰੀ ਕੀ ਸਾਰੀ ਦੁਨੀਆਂ ਹਿੱਲ ਗਈ। ਇੰਦਰਾ ਗਾਂਧੀ 75 ਵਿੱਚ ਬਹੁਤ ਪਾਵਰਫੁੱਲ ਲੀਡਰ ਸੀ, ਸੋ ਜਦੋਂ ਅਨਸੀਟ ਹੋ ਗਈ ਇਟ ਮੀਨ ਕਿ ਸ਼ੀ ਕੈਨ ਨਾਟ ਰਿਮੇਨ ਪ੍ਰਾਈਮ ਮਿਨਿਸਟਰ। ਸੋ ਇਹ ਵਾਕਿਆ ਮਿਡ ਜੂਨ 1975 ਦਾ, ਜਦੋਂ ਇਹ ਗੱਲ ਹੋਈ ਤਾਂ ਨੈਚੁਰਲੀ ਸਾਰੀ ਆਪੋਜੀਸ਼ਨ ਖੜੀ ਹੋ ਗਈ ਕਿ ਇੰਦਰਾ ਗਾਂਧੀ ਰਿਜ਼ਾਈਨ ਕਰੇ। ਬੜਾ ਭਾਰਾ ਇਸ ਗੱਲ ਦਾ ਵਰਲਡ ਵਾਈਡ, ਕਿ ਇੰਡੀਆ ਸਾਰਾ ਹਿੱਲ ਗਿਆ ਔਰ ਇਹ ਬੜੇ ਮੁਜ਼ਾਹਰੇ ਹੋਣ ਲੱਗ ਗਏ। ਜੈਪ੍ਰਕਾਸ਼ ਨਾਰਾਇਣ ਜੀ ਉਦੋਂ ਸਾਰੇ ਦੇਸ਼ ਦੇ ਇਕਲੋ ਲੀਡਰ ਸਨ, ਉਦੋਂ ਬੀਜੇਪੀ ਨਹੀਂ ਸੀ ਆਉਂਦੀ, ਉਦੋਂ ਜਨਸੰਘ ਆਉਂਦੀ ਸੀ, ਔਰ ਸਾਰੀਆਂ ਪਾਰਟੀਆਂ ਨੇ ਡਿਮਾਂਡ ਕੀਤੀ ਉਹ ਰਿਜ਼ਾਈਨ ਕਰੇ। ਇਹ ਝਗੜਾ ਜੋ ਚੱਲਦਾ ਰਿਹਾ ਅਤੇ ਇਹ ਕਈ ਦਿਨ ਚੱਲਿਆ। ਸੋ ਅਲਟੀਮੇਟ ਜਦੋਂ ਇੰਦਰਾ ਘਿਰ ਗਈ ਹਰ ਪਾਸੋਂ, ਤਾਂ ਇਹਦੇ ਐਡਵਾਈਜ਼ਰਸ ਨੇ ਉਹਨੂੰ ਕਿਹਾ ਕਿ ਇੱਕੋ ਹੀ ਤਰੀਕਾ ਹੈ ਕਿ ਐਮਰਜੈਂਸੀ ਕਰਕੇ ਡੈਮੋਕ੍ਰੇਸੀ ਖਤਮ ਕਰ ਦਿਓ। ਸੋ 25 ਜੂਨ 1975 ਨੂੰ ਪ੍ਰੈਜੀਡੈਂਟ ਆਫ ਇੰਡੀਆ ਨੇ ਆਨ ਰਿਕਮੈਂਡੇਸ਼ਨ ਆਫ ਪ੍ਰਾਈਮ ਮਿਨਿਸਟਰ ਐਂਡ ਕੈਬਨਿਟ ਇੰਡੀਆ ਵਿੱਚ ਐਮਰਜੈਂਸੀ ਲਾਗੂ ਕਰਤੀ। ਐਮਰਜੈਂਸੀ ਮੀਨ ਕਿ ਜਿਤਨੇ ਡੈਮੋਕ੍ਰੇਟਿਕ ਰਾਈਟਸ ਹੈ ਉਹ ਲੋਕਾਂ ਦੇ ਖਤਮ ਹੋ ਗਏ। ਔਰ ਉਸਦੇ ਨਾਲ ਕੀ ਕੀਤਾ ਉਹਨਾਂ ਨੇ ਕਿ ਜਿੱਦਣ ਇਹ ਐਮਰਜੈਂਸੀ ਲਾਗੂ ਹੋਈ, ਸੇਮ ਡੇ ਜੀ ਜਿਤਨੇ ਪੋਲੀਟੀਕਲ ਲੀਡਰ ਸਨ ਇੰਡੀਆ ਦੀਆਂ ਅਪੋਜੀਸ਼ਨ ਪਾਰਟੀਆਂ ਦੇ, ਉਹ ਅਰੈਸਟ ਹੋ ਗਏ। ਬਹੁਤ ਵੱਡੀ ਗੱਲ ਸੀ, ਸਾਰੇ ਲੀਡਰ ਇੰਕਲੂਡਿੰਗ ਵਾਜਪਾਈ ਜੀ, ਇਹ ਸਾਰਾ ਅਡਵਾਨੀ ਜੀ, ਕੋਈ ਲੀਡਰ ਇੰਡੀਆ ਦੀ ਕਿਸੇ ਵੀ ਅਪੋਜੀਸ਼ਨ ਪਾਰਟੀ ਦਾ ਬਾਹਰ ਨਹੀਂ ਰਿਹਾ। ਸੋ ਇਹ ਗੱਲ ਵਾਪਰੀ ਹੈ 26 ਜੂਨ
1975 हुई ਉਦੋਂ ਪੰਜਾਬ ਦਾ ਸੀ ਐਮ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਸੀ ਜਿਹੜਾ 72 ਚ ਇਲੈਕਟ ਹੋਇਆ ਸੀ ਜੀ ਸੋ ਉਹ ਸੀ ਐਮ ਸੀ ਹਰਿਆਣੇ 'ਚ ਬੰਸੀ ਲਾਲ ਸੀ ਐਮ ਸੀ ਸੋ ਜਦੋਂ ਇਹ ਲਾਗੂ ਹੋ ਗਈ ਤਾਂ ਨੈਚੁਰਲੀ ਪੰਜਾਬ 'ਚ ਵੀ ਲਾਗੂ ਹੋਣੀ ਸੀ ਸੋ ਪੰਜਾਬ 'ਚੋਂ ਫੜੇ ਗਏ ਜਿਹੜੇ ਜਨਸੰਘ ਦੇ ਲੀਡਰ ਸਨ ਇਹ ਸਾਰੇ ਬਲਦੇਵ ਪ੍ਰਕਾਸ਼ ਟੰਡਨ ਇਹ ਲੋਕ ਫੜੇ ਗਏ ਲੇਕਿਨ ਇਹਦੀ ਸਭ ਤੋਂ ਵੱਡੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਐਮਰਜੈਂਸੀ ਵਿੱਚ ਕੋਈ ਵੀ ਅਕਾਲੀ ਲੀਡਰ ਅਰੈਸਟ ਨਹੀਂ ਹੋਇਆ ਅੱਛਾ ਬੜੀ ਵੱਡੀ ਗੱਲ ਹੈ ਕਿ ਬਾਕੀ ਸਾਰਾ ਇੰਡੀਆ ਅਰੈਸਟ ਹੋ ਗਿਆ ਕੋਈ ਸਿੱਖ ਨੂੰ ਇੰਦਰਾ ਗਾਂਧੀ ਨੇ ਅਰੈਸਟ ਹੋਣ ਦੇ ਆਰਡਰ ਨਹੀਂ ਦਿੱਤੇ ਇਹ ਆਨ ਰਿਕਾਰਡ ਹੈ ਕਿ ਕੋਈ ਅਰੈਸਟ ਨਹੀਂ ਹੋਇਆ ਇੱਕ ਗਲਤੀ ਨਾਲ ਮਹਾਰਾਣੀ ਪਟਿਆਲਾ ਮਹਿੰਦਰ ਕੌਰ ਉਦੋਂ ਉਹ ਐਮ ਪੀ ਕਾਂਗਰਸ ਦੇ ਖਿਲਾਫ ਸੀ ਰਾਜ ਸਭਾ 'ਚ ਉਹ ਸ਼ਿਮਲੇ ਸੀ ਉਹਨੂੰ ਸ਼ਾਇਦ ਗਲਤੀ ਨਾਲ ਉਹਨੂੰ ਅਰੈਸਟ ਹੋ ਗਿਆ ਪਰ ਵਿਦ ਇਨ 2 ਆਵਰ ਉਹਨੂੰ ਛੱਡਤਾ ਗਿਆ ਜਦੋਂ ਪਤਾ ਲੱਗਿਆ ਇਟ ਮੀਨਸ ਇੰਡੀਆ ਵਿੱਚ ਕੋਈ ਸਿੱਖ 'ਤੇ ਇਹ ਲਾਗੂ ਨਹੀਂ ਹੋਈ ਲੇਕਿਨ ਅਕਾਲੀ ਦਲ ਉਸ ਵਕਤ ਜਿਹੜੀ ਲੀਡਰਸ਼ਿਪ ਸੀ ਇਹ ਸੋਚਣ ਲੱਗ ਗਈ ਕਿ ਸਾਡੇ ਖਿਲਾਫ਼ ਤਾਂ ਕੁਛ ਹੋਇਆ ਨਹੀਂ ਪਰ ਫਿਰ ਵੀ ਅਸੀਂ ਕੁਛ ਕਰਨਾ ਜੀ ਜਦੋਂ ਇਹ ਗੱਲਾਂ ਚੱਲ ਰਹੀਆਂ ਸਨ ਤਾਂ ਮੈਨੂੰ ਯਾਦ ਹੈ ਗਿਆਨੀ ਜੀ ਦਾ ਮੈਨੂੰ ਟੈਲੀਫੋਨ ਆਇਆ ਦਿੱਲੀ ਤੋਂ ਕਿ ਮੈਨੂੰ ਬਾਦਲ ਸਾਹਿਬ ਨਾਲ ਗੱਲ ਕਰੋ ਬਾਦਲ ਸਾਹਿਬ ਉਦੋਂ ਬਲਕਿ ਸੀ ਐਮ ਤਾਂ ਰਹੇ ਬਾਦਲ ਸਾਹਿਬ 70 ਤੋਂ 72 ਤੱਕ ਜੀ ਤੋ ਉਹ ਫਿਰ ਮੈਂ ਬਾਦਲ ਸਾਹਿਬ ਦੀ ਕੋਠੀ ਜਾ ਕੇ ਗਿਆਨੀ ਜੀ ਨੇ ਉਹਨੂੰ ਟੈਲੀਫੋਨ 'ਤੇ ਕਿਹਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਮੈਂ ਦਿੱਲੀਓਂ ਆ ਰਿਹਾ ਤੇ ਬਾਦਲ ਸਾਹਿਬ ਨੇ ਕਿਹਾ ਜੀ ਮੈਂ ਤੇ ਅੱਜ ਅੰਮ੍ਰਿਤਸਰ ਜਾ ਰਿਹਾ ਤੇ ਮੈਂ ਦਿੱਲੀ ਮੈਂ ਚੰਡੀਗੜ੍ਹ ਨਹੀਂ ਆਉਂਗਾ ਬਾਦਲ ਸਾਹਿਬ ਅੰਮ੍ਰਿਤਸਰ ਚਲੇ ਗਏ ਗਿਆਨੀ ਜੈਲ ਸਿੰਘ ਜੀ ਉਸੇ ਰਾਤ ਟ੍ਰੇਨ ਚੜ੍ਹ ਕੇ ਦਿੱਲੀਓਂ ਅੰਮ੍ਰਿਤਸਰ ਆ ਗਏ ਇਹ ਮੈਂ ਉਸ ਵਕਤ ਤੁਸੀਂ ਹੈਰਾਨ ਹੋ ਗਏ ਸਾਰੇ ਸੁਣਨ ਵਾਲੇ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜਾਂ ਬਾਈ ਰੋਡ ਜਾਂ ਬਾਈ ਟ੍ਰੇਨ ਜਾਂਦੇ ਸੀ ਕੋਈ ਹਵਾਈ ਜਹਾਜ਼ ਨਹੀਂ ਸੀ ਔਰ ਕਾਰਾਂ ਵੀ ਅੰਬੈਸਡਰ ਕਾਰਾਂ ਹੀ ਹੁੰਦੀਆਂ ਸਨ ਉਹ ਗਿਆਨੀ ਜੀ ਅੰਮ੍ਰਿਤਸਰ ਆਏ ਉਹ ਚਾਹੁੰਦੇ ਸੀ ਬਾਦਲ ਸਾਹਿਬ ਮਿਲਣਾ ਪਹਿਲਾਂ ਤਾਂ ਬਾਦਲ ਸਾਹਿਬ ਨੇ ਨਾਂਹ ਨੁੱਕਰ ਕੀਤੀ ਪਰ ਫਿਰ ਇਹ ਮੁਲਾਕਾਤ ਯੂਨੀਵਰਸਿਟੀ ਵਿੱਚ ਸਰ ਭਰਪੂਰ ਸਿੰਘ ਜਿਹੜੇ ਕਿ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਰਹੇ ਉਦੋਂ ਰਜਿਸਟਰਾਰ ਸੀ ਯੂਨੀਵਰਸਿਟੀ ਦੇ ਉਹਨਾਂ ਦੇ ਘਰ ਗਿਆਨੀ ਜੀ ਦੀ ਤੇ ਬਾਦਲ ਸਾਹਿਬ ਦੀ ਮੁਲਾਕਾਤ ਹੋਈ ਗਿਆਨੀ ਜੀ ਨੇ ਉਹਨਾਂ ਨੂੰ ਇਹ ਕਿਹਾ ਕਿ ਮੈਂ ਇੰਦਰਾ ਗਾਂਧੀ ਵੱਲੋਂ ਮੈਸੇਜ ਲੈ ਕੇ ਆਇਆ ਕਿ ਐਮਰਜੈਂਸੀ ਸਿੱਖਾਂ ਤੇ ਲਾਗੂ ਨਹੀਂ ਅੱਛਾ ਕੋਈ ਮੈਂ ਅਕਾਲੀ ਦਲ ਦੇ ਖਿਲਾਫ਼ ਕੁਛ ਨਹੀਂ ਕਰ ਰਹੀ ਇਹ ਮੇਰੀ ਮਜਬੂਰੀ ਸੀ ਕਿ ਇੰਡੀਆ ਵਿੱਚ ਰੈਵੋਲੂਸ਼ਨ ਆਣੀ ਫੌਜ ਦੇ ਖਿਲਾਫ਼ ਬੜਾ ਰੌਲਾ ਪਾ ਲਿਆ ਇਹ ਫੌਜ ਦੀ ਬਗਾਵਤ ਕਰਾ ਰਹੇ ਸੀ ਕਿਉਂਕਿ ਜੈਪ੍ਰਕਾਸ਼ ਨਾਰਾਇਣ ਜੀ ਦਾ ਇੱਕ ਐਲਾਨ ਉਦੋਂ ਗੁਜਰਾਤ ਤੋਂ ਆਇਆ ਸੀ ਕਿ ਫੌਜ ਨੂੰ ਹੀ ਵੀ ਤੁਸੀਂ ਵੀ ਕੁਛ ਕਰੋ ਸੋ ਉਹ ਕਹਿੰਦੇ ਮੈਂ ਇਸ ਕਰਕੇ ਮਜਬੂਰੀ ਕੀਤੀ ਬਈ ਸਿੱਖਾਂ ਨੂੰ ਮੈਂ ਨਹੀਂ ਚਾਹੁੰਦੀ ਔਰ ਸਿੱਖ ਮੇਰੇ ਨਾਲ ਕਰੋ ਮੈਂ ਪੂਰਾ ਤੁਹਾਡੀ ਮਦਦ ਕਰਾਂਗਾ ਬੜੀ ਲੰਬੀ ਮੁਲਾਕਾਤ ਹੋਈ ਬਾਦਲ ਸਾਹਿਬ ਨੇ ਕਿਹਾ ਜੀ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਇਹ ਵਰਕਿੰਗ ਕਮੇਟੀ ਫੈਸਲਾ ਕਰੇਗੀ ਤੇ ਜੋ ਉਹ ਕਰੇਗੀ ਮੈਂ ਤੁਹਾਡਾ ਮੈਸੇਜ ਦੇ ਦਾਂਗਾ ਨੈਕਸਟ ਡੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੀਟਿੰਗ ਹੋਈ ਉਹ ਇਹ ਸਾਰੇ ਲੀਡਰਾਂ ਨੇ ਫੈਸਲਾ ਇਹ ਕੀਤਾ ਕਿ ਅਸੀਂ ਮੋਰਚਾ ਲਾਉਣਾ ਅਗੇਂਸਟ ਐਮਰਜੈਂਸੀ ਕਿਉਂਕਿ ਜਿਹੜਾ ਸਿੱਖ ਹੈ ਇਹ ਹਮੇਸ਼ਾ ਜਦੋਂ ਕੋਈ ਜ਼ੁਲਮ ਜਾਂ ਤਸ਼ੱਦਦ ਹੋਵੇ ਉਹਦੇ ਖਿਲਾਫ਼ ਖੜਾ ਹੁੰਦਾ ਸੋ ਅਕਾਲੀ ਦਲ ਨੇ ਆਪਣੇ ਆਪ ਇੰਡੀਆ ਵਿੱਚ ਮੋਰਚਾ ਲਾਉਣ ਦਾ ਐਲਾਨ ਕਰਤਾ ਕਿ ਅਸੀਂ ਜਦ ਤੱਕ ਐਮਰਜੈਂਸੀ ਹੈ ਇਹਦੇ ਖਿਲਾਫ਼ ਮੋਰਚਾ ਲਾਵਾਂਗੇ ਸੋ ਜਿਹੜਾ ਪਹਿਲਾ ਜੱਥਾ ਹੈ ਉਹਦੇ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਤਲਵੰਡੀ ਸਾਹਿਬ ਜਿਹੜੇ ਉਦੋਂ ਪ੍ਰਧਾਨ ਸੀ ਅਕਾਲੀ ਦਲ ਦੇ ਸਰਦਾਰ ਜਗਦੇਵ ਸਿੰਘ ਤਲਵੰਡੀ ਹਾਂਜੀ ਚੌੜਾ ਸਾਹਿਬ ਗੁਰਚਰਨ ਸਿੰਘ ਐਸਜੀਪੀਸੀ ਪ੍ਰਧਾਨ ਸਰ ਆਤਮਾ ਸਿੰਘ ਜਿਹੜੇ ਪਹਿਲਾਂ ਮਿਨਿਸਟਰ ਰਹੇ ਸੀ ਤੇ ਬਸੰਤ ਸਿੰਘ ਖਾਲਸਾ ਜਿਹੜੇ ਬਾਅਦ ਵਿੱਚ ਐਮ ਪੀ ਬਣੇ ਲੁਧਿਆਣੇ ਦੇ ਇਹ ਪੰਜਾਂ ਦਾ ਪਹਿਲਾ ਜੱਥਾ ਇਹ ਜੁਲਾਈ 9 ਨੂੰ ਐਮਰਜੈਂਸੀ ਲੱਗਦੀ ਹੈ 25 ਜੂਨ ਨੂੰ ਜੀ 9 ਜੁਲਾਈ ਨੂੰ ਪਹਿਲਾ ਜੱਥਾ ਦਰਬਾਰ ਸਾਹਿਬ ਅੰਮ੍ਰਿਤਸਰ ਅਰਦਾਸ ਕਰਕੇ ਅਰੈਸਟ ਹੋਇਆ ਸੋ 9 ਜੁਲਾਈ ਤੋਂ ਅਕਾਲੀ ਦਲ ਨੇ ਜਦ ਤੱਕ ਐਮਰਜੈਂਸੀ ਜਾ ਕੇ ਉੱਠਦੀ ਹੈ 1977 ਜਨਵਰੀ 'ਚ 19 ਮਹੀਨੇ ਰਹੀ ਹੈ ਐਮਰਜੈਂਸੀ ਜੀ ਤੋ ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ ਉਹ ਡੇਲੀ ਇੱਕ ਜੱਥਾ ਨਿਕਲਦਾ ਸੀ ਅੰਮ੍ਰਿਤਸਰ 'ਚੋਂ ਜੀ ਉਹ ਆ ਕੇ ਬਾਹਰ ਅਰੈਸਟ ਹੁੰਦਾ ਸੀ ਔਰ ਕਰੀਬਨ 45,000 ਅਕਾਲੀ ਐਮਰਜੈਂਸੀ 'ਚ ਅਰੈਸਟ ਹੋਏ ਸੋ ਇਹ ਅਕਾਲੀ ਦਲ ਦਾ ਮੋਰਚੇ ਦਾ ਇਤਿਹਾਸ ਹੈ ਸਾਰੇ ਲੀਡਰ ਵਾਰੀ ਵਾਰੀ ਗਏ ਜਾਂਦੇ ਰਹੇ ਔਰ ਇਹ ਮੋਰਚਾ ਚੱਲਦਾ ਰਿਹਾ ਲੇਕਿਨ ਜਿਹੜੀ ਮੈਂ ਗੱਲ ਇਹਦੇ ਨਾਲ ਇਤਿਹਾਸਕ ਕਿਉਂਕਿ ਮੈਂ ਕਹਿ ਰਿਹਾ ਮੈਂ ਵਰਬੈਟਮ ਕੋਟ ਕਰ ਰਿਹਾ ਕਿ ਐਮਰਜੈਂਸੀ ਵਿੱਚ ਬੜੀ ਸਖਤੀ ਹੋਈ ਜੀ ਪਹਿਲੀ ਤਾਂ ਤੁਹਾਨੂੰ ਕਿਹਾ ਨਾ ਕਿ ਬੜਾ ਵੱਡਾ ਗਲਤ ਫੈਸਲਾ ਸੀ ਐਮਰਜੈਂਸੀ ਲੱਗਣੀ ਗਲਤ ਸੀ
लेकिन एमरजेंसी च बड़ी जुल्म होए खास करके हरियाणे च कि जबरदस्ती पकड़ के लोगों के लेडीज के जिहड़े आपरेशन फैमिली प्लानिंग दे होए उहदी सारे इंडिया च चर्चा होगी। संजय गांधी उदों क्रियाशील सीगे, संजय गांधी मालक सी कांग्रेस का डीफैक्टो जी, डीफैक्टो वह बादशाह सी, आल एंड आल वह सी जो फैसले वह करता सी। उन्हें चलाई कि फैमिली प्लानिंग करनी है, दूजा उन्हें चलाई ट्रीज लगाउण दी, तीजा उसने दिल्ली च डिमालिशन करातियां। सो यह बड़ी उदों चली, लेकिन सब तो अच्छी गल यह है कि जिहड़ी एमरजेंसी पंजाब सी वह बड़ी सॉफ्ट हुई। सारे एमरजेंसी के दौरान किसी ते तशद्दुद नहीं होया, कदे कोई किसी की सख्ती नहीं हुई। हालांकि यह भी रिकॉर्डेड है कि जिन्हें अकाली अरैसट होंदे सन वह शाम को छड़ दिंदे सन, उत्थों अरैसट किया अमृतसरों बाहर जाके दूर उन्होंने छड़ देना। सो यह कोशिश की ज्ञानी जी ने कि जेलां भी ना भरो, भाई तुहाडी कार्रवाई होगी कि तुसीं मोर्चा आ रहे हो, मेरी कार्रवाई कि मैं तुहानूं छड़ता। सो यह बड़ी वड्डी इस तरह मूवमेंट चली, और मूवमेंट के दौरान मैं ताकि तुहानूं इतिहास ते जाणी कर देना कि गुरु तेग बहादुर साहब का 300 साल शहीदी दिन आ गया नवंबर 1975। तो वह इतिहासक यात्रा आनंदपुर साहब तो गुरु तेग बहादुर की आरंभ की गई श्रोमणी कमेटी वालों, लौंगोवाल जी, सुरजीत सिंह बरनाला उहदे नाल सन, संत हरचरण सिंह लौंगोवाल, ज्ञानी दयाल सिंह मुख्य मंत्री भी उहदे शामिल हो गए। और 3 दिन यात्रा आनंदपुर तो चल के दिल्ली पहुंची, और ज्ञानी जी, लौंगोवाल, बरनाला, सारी पंथ कट्ठा गया। और दिल्ली जदों पहुंचे रामलीला ग्राउंड, एदो वड्डा कट कदे नहीं होया कि इतिहासक कट सिखां दा रामलीला ग्राउंड च होया। उत्थे इंदिरा गांधी भी आके शामिल हुई, लौंगोवाल साहब भी उस स्टेज पर बैठे सन, सारे चक शेरा उदों प्रधान सन दे, श्रोमणी कमेटी के भी बने वह भी सन। सो यह वाकया उदों च होया। सो यह एमरजेंसी एक गल मैं होर जानी चाहना कि बड़ी वड्डी इतिहास है मैं इस करके कि उदों मधुवन नायर एडिटर सी ट्रिब्यून इंग्लिश का जी, जिदे ने बनसी लगी उन्हें एक आर्टिकल लिखिया हर वाटरलू। वाटरलू एक इतिहासिक जंग है जिद नैपोलीयन हारिया, उन्होंने अज तक कहने वाटरलू जिसे बंदा हार जाए। यह आर्टिकल इन्ना एंटी इंदिरा गांधी सी कि इन्ने वो चिड़ गए कि आर्डर हो गया कि मधुवन नायर ये मद्रास तो सी एडिटर ट्रिब्यून दे सी इंग्लिश, इन्हों अरैसट कर लो जी। बड़ी पर मैं कमाल कहना ज्ञानी दयाल सिंह उस वक्त कि एक बहुत वड्डा किया कि इन्होंने इंदिरा गांधी नाल मिल के वो अरैसट नहीं होने दिता कि भाई ये गलत गल होगी कि इदा एक एडिटर फड़िया गया। तो बड़ी तो पर बंसी लाल कहना सी तो ज्ञानी जी की बंसी लाल की आपस बड़ी लड़ाई सी जी, शायद इतिहास से बाद कदे फिर करांगे। ज्ञानी जी हमेशा बंसी लाल के उल्ट, बंसी लाल ज्ञानी जी के उल्ट। तो ये उदों एक वाक्य होया, एमरजेंसी खत्म हुई जाके 1977 दे जनवरी इंदिरा ने आटोमैटिक ऐलान करता कि मैं आज विड्रा कर दी। सो ये जिहड़ा इतिहास है उहदे सिखां दा ये रोल रहा, अकाली दल का यह बड़ी भूमिका रही कि बहुत वड्डा कीता। लेकिन जिहड़ा तुहाडा पहला सवाल है कि इन बिटवीन जदों चलदी सी तां मैनूं याद है कि ज्ञानी गुरमुख सिंह मुसाफर कांग्रेस के प्रधान सन जी, उन्होंने सर बलवंत सिंह और बरनाला जी नूं नाल लैके फिर दिल्ली 2-3 मीटिंगां कीतियां जी, और भई कुछ ना कुछ हुण वी सुलह होवे निकलो, वो सिरे नहीं चढ़ियां क्योंकि अकाली जी सारी जेल सी ते इह पिछों तुड साहब सारे अकाली उदों वारी वारी जेल गए, ढींसा साहब, तुड साहब, ते सारे वारी वारी जेल जांदे। जदों एमरजेंसी खत्म होई इलैक्शन आ गईयां मार्च दीयां, सो इलैक्शन दियां जिहड़ी उदों अकाली दल नूं बहुत वड्डी जित प्राप्त होई क्योंकि हीरो बन गए। तो 9 अकाली MP उदों इलैक्ट होए मार्च 1977 जी, और बहुत वड्डी इतिहासक जित होई अकाली दल दी। ये मोर्चा लाण नाल लोकां इहनूं हीरो बने, और ये बड़ी वड्डी कांग्रेस की शिकस्त होई। और जदों फिर ये राज आ गया, बादल साहब ने पहला पार्लीमेंट च MP बने, बादल साहब सेंटर वजीर बने, पर इन्होंने उत्थे कहा कि मैं तो वापस जाना। फिर इन्हें जगह बरनाला जी मिनिस्टर बन गए, उत्थे बादल साहब आके CM बन गए 1977, और ये 1980 तक रहे जो कि दोबारा इंदिरा गांधी जित के आ गई 1980, तो फिर ये राजभाग साडा गया। सो ये इतिहास है एमरजेंसी का। मैनू सरदार साहब हुण ये दस्सो, तुसीं एक इस घटनाक्रम दे विच दिलचस्प मोड़ लिआंदे आ
ਕਿ ਜਦੋਂ ਗਿਆਨੀ ਜੈਲ ਸਿੰਘ ਅੰਮ੍ਰਿਤਸਰ ਪਹੁੰਚਦੇ ਆ ਔਰ ਸਰਦਾਰ ਭਰਪੂਰ ਸਿੰਘ ਦੇ ਘਰੇ ਮੀਟਿੰਗ ਹੁੰਦੀ ਆ, ਤੁਸੀਂ ਨਾਲ ਸੀਗੇ ਜੀ ਉਦੋਂ? ਨਹੀਂ, ਮੈਂ ਤੇ ਚੰਡੀਗੜ੍ਹ ਸੀ, ਮੈਂ ਮੀਟਿੰਗ ਆਰਗੇਨਾਈਜ਼ ਕਰਾਉਣ ਚ ਮੇਰਾ ਰੋਲ ਸੀ। ਅੱਛਾ, ਮੈਨੂੰ ਇਹ ਦੱਸੋ ਕਿ ਬਾਦਲ ਸਾਹਿਬ ਇਕਲੌਤੇ ਪ੍ਰਭਾਵਸ਼ਾਲੀ ਲੀਡਰ ਸੀ ਜਿਹੜੇ ਫੈਸਲੇ ਲੈਂਦੇ ਸੀ, ਤਾਂ ਹੀ ਉਹਨਾਂ ਨੂੰ ਚੁਣਿਆ ਗਿਆ ਗਿਆਨੀ ਜੀ ਵੱਲੋਂ, ਇੰਦਰਾ ਗਾਂਧੀ ਵੱਲੋਂ, ਕਿ ਇਹਨਾਂ ਨਾਲ ਗੱਲ ਹੋ ਜੂਗੀ ਤੇ ਇਹ ਸਾਰੇ ਜਿੰਨੇ ਆ ਇਹਨਾਂ ਨੂੰ ਕਨਵਿੰਸ ਕਰ ਲੈਣਗੇ ਬਾਦਲ ਸਾਹਿਬ। ਔਰ ਬਾਦਲ ਸਾਹਿਬ ਜੇ ਇਹ ਗੱਲ ਮੰਨ ਜਾਂਦੇ ਔਰ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਖਿਲਾਫ ਬਹੁਤਾ ਯੁੱਧ ਅਕਾਲੀਏ ਗਾਂਹ ਹੋ ਕੇ ਨਾ ਲੜਦੇ, ਤੁਹਾਨੂੰ ਲੱਗਦਾ ਸੀ ਕਿ ਸਿੱਖਾਂ ਨੂੰ ਕੋਈ ਉਹਦੇ ਚੋਂ ਪ੍ਰਾਪਤੀ ਹੋ ਸਕਦੀ ਸੀ, ਕਿਧਰੇ ਕੋਈ ਨੈਗੋਸੀਏਸ਼ਨ ਵੀ ਹੋ ਸਕਦੀਆਂ ਸੀ, ਕਿਧਰੇ ਕੋਈ ਸਟੇਟ ਦੇ ਔਰ ਸਿੱਖਾਂ ਦੇ ਮਸਲੇ ਵੀ ਹੱਲ ਕਰਵਾਏ ਜਾ ਸਕਦੇ ਸੀ, ਪੰਜਾਬ ਦੇ ਮਸਲੇ ਹੱਲ ਕਰਵਾਏ ਜਾ ਸਕਦੇ ਸੀ? ਬਾਦਲ ਸਾਹਿਬ ਦੀ ਇੱਕ ਬੜੀ ਪ੍ਰਭਤਾ ਉਹਨਾਂ ਨੂੰ ਕਿ ਜਦੋਂ ਤੋਂ ਇਹ ਪੰਜਾਬ ਅਕਾਲੀ ਲੀਡਰਸ਼ਿਪ ਚ ਆਏ, ਇਹਨਾਂ ਨੂੰ ਨੰਬਰ 1 ਪੋਜੀਸ਼ਨ ਐਸਟੈਬਲਿਸ਼ ਹੋਈ ਔਰ ਵਰਲਡ ਵਾਈਡ ਲੋਕ ਇਹ ਮੰਨਦੇ ਸੀ ਵੀ ਅਕਾਲੀ ਦਲ ਦੇ ਲੀਡਰ ਬਾਦਲ ਸਾਹਿਬ ਹੈ ਔਰ ਇਹ ਐਕਸ ਚੀਫ ਮਿਨਿਸਟਰ ਵੀ ਸਨ। ਸੋ ਨੈਚੁਰਲ ਹੈ ਕਿ ਜਦੋਂ ਕੋਈ ਗੱਲ ਸੈਂਟਰ ਕਰਦਾ ਹੈ ਤਾਂ ਉਹ ਬਾਦਲ ਸਾਹਿਬ ਨਾਲ ਹੀ ਕਰਦਾ, ਪਰ ਮੈਂ ਹਮੇਸ਼ਾ ਦੇਖਿਆ ਕਿ ਬਾਦਲ ਸਾਹਿਬ ਕਦੇ ਡਿਸੀਜਨ ਆਪ ਨਹੀਂ ਲੈਂਦੇ ਸੀ। ਕੋਈ ਵੀ ਜਿੰਨੇ ਤੁਸੀਂ ਸਵਾਲ ਕਰ ਰਹੇ ਹੋ ਨਾ, ਇਹਨਾਂ 'ਚ ਹਰ ਵਾਰੀ ਬਾਦਲ ਸਾਹਿਬ ਨਾਲ ਹੀ ਗੱਲ ਸੈਂਟਰ ਕਰਨ ਦੀ ਕੋਸ਼ਿਸ਼ ਕਰਦਾ, ਪਰ ਉਹ ਹਮੇਸ਼ਾ ਕਹਿੰਦੇ ਕਿ ਮੈਂ ਆਪਣੇ ਲੀਡਰਾਂ ਨਾਲ ਗੱਲ ਕਰਾਂਗਾ। ਬਾਦਲ ਸਾਹਿਬ ਨੇ ਗਿਆਨੀ ਜੀ ਨੂੰ ਇਹ ਕਿਹਾ ਗਿਆ ਕਿ ਮੈਂ ਤੁਹਾਡੀ ਸੁਣ ਲਈ, ਮੇਰਾ ਡਿਸੀਜਨ ਮੇਕਿੰਗ ਜਿਹੜਾ ਉਹ ਆਈ ਐਮ ਵਨ ਅਮੰਗ ਅਦਰਸ। ਸੋ ਉਹ ਮੀਟਿੰਗ ਹੋਈ ਵਿੱਚ ਤਲਵੰਡੀ ਸਾਹਿਬ, ਟੋੜਾ ਸਾਹਿਬ, ਲੌਂਗੋਵਾਲ ਸਾਹਿਬ, ਤੁੜ ਸਾਹਿਬ, ਇਹ ਸਾਰੇ ਬੈਠੇ ਆਤਮਾ ਸਿੰਘ ਜੀ, ਤੇ ਇਹ ਡਿਸੀਜਨ ਉਹਨਾਂ ਨੇ ਲਿਆ। ਸੋ ਨੈਚੁਰਲੀ ਡਿਸੀਜਨ ਇਜ਼ ਬਾਈ ਦੀ ਵਰਕਿੰਗ ਕਮੇਟੀ, ਪਰ ਬਾਦਲ ਸਾਹਿਬ ਜਿਹੜੀ ਇੰਪਾਰਟੈਂਸ ਹੈ ਉਹ ਕਦੇ ਅੱਜ ਤੱਕ ਮੈਂ ਨਹੀਂ ਸਮਝੀ ਕਿ ਜੇ ਕਿਸੇ ਵਕਤ ਨੰਬਰ 2 ਹੋਵੇ। ਹੀ ਹੈਜ਼ ਬੀਨ ਸਰ ਵਨ ਆਲਵੇਜ਼। ਸਰ ਇੱਕ ਬਹੁਤ ਅਹਿਮ ਸਵਾਲ ਵਿੱਚੋਂ ਖੜਾ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਚੂਜ਼ ਕੀਤਾ ਜਾਂਦਾ ਹੈ ਗੱਲਬਾਤ ਲਈ, ਜਿਹਦੇ ਨਾਲ ਸ਼ੁਰੂਆਤ ਹੁੰਦੀ ਹੈ, ਜਦੋਂ ਕੋਈ ਪ੍ਰਪੋਜ਼ਲ ਪੇਸ਼ ਹੋਈ ਹੋਏਗੀ, ਜਦੋਂ ਕੋਈ ਪ੍ਰਸਤਾਵ ਰੱਖਿਆ ਗਿਆਨੀ ਜੀ ਨੇ ਇੰਦਰਾ ਦਾ ਔਰ ਬਾਦਲ ਸਾਹਿਬ ਲੈ ਕੇ ਮੀਟਿੰਗ 'ਚ ਜਾਂਦੇ ਆ, ਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਭੂਮਿਕਾ ਬਾਦਲ ਸਾਹਿਬ ਦੀ ਇਹ ਸੀਗੀ ਕਿ ਉਹ ਪੂਰੀ ਮੀਟਿੰਗ ਦੌਰਾਨ ਜਿਹੜਾ ਕੇਂਦਰ ਵੱਲੋਂ ਪ੍ਰਸਤਾਵ ਆਇਆ ਸੀ ਉਹ ਪ੍ਰੋਪਰ ਰੱਖਦੇ, ਉਸ ਤੋਂ ਬਾਅਦ ਜਿਹੜੇ ਬਾਕੀ ਲੀਡਰ ਸੀਗੇ ਉਹਦੇ ਤੇ ਗਹਿ ਗਹਿ 'ਚ ਡਿਬੇਟ ਕਰਦੇ, ਕਿਉਂਕਿ ਇਹ ਕੌਮੀ ਮਸਲੇ ਸੀ। ਇਹਨਾਂ ਦੇ ਡਿਬੇਟ ਦੇ ਵਿੱਚ ਬਾਦਲ ਸਾਹਿਬ ਵਾਲੀ ਭੂਮਿਕਾ ਜ਼ਿਆਦਾ ਵੱਡੀ ਸੀ, ਕਿਉਂਕਿ ਉਹ ਇਕਲੌਤੇ ਬੰਦੇ ਸੀ ਜਿਹੜੇ ਕੇਂਦਰ ਵੱਲੋਂ ਗੱਲ ਕਰ ਰਹੇ ਸੀ। ਸਵਾਲ ਇਹ ਸੀਗਾ ਕਿ ਇੱਕ ਮੀਟਿੰਗ ਹੋਰ ਗਿਆਨੀ ਨਾਲ ਲਈ ਜਾ ਸਕਦੀ ਸੀ ਜਾਂ ਇੰਦਰਾ ਦੇ ਕਿਸੇ ਹੋਰ ਬੰਦੇ ਨਾਲ ਵੀ ਲਈ ਜਾ ਸਕਦੀ ਸੀ। ਆਨੰਦ ਫਾਨਨ 'ਚ ਇਹ ਸਾਰੀ ਲੀਡਰਸ਼ਿਪ ਇਹ ਫੈਸਲਾ ਕਰਦੀ ਆ ਕਿ ਸਾਡੀਆਂ ਪਰੰਪਰਾਵਾਂ ਇਹੋ ਜਿਹੇ ਮਸਲਿਆਂ ਤੇ ਯੁੱਧ ਕਰਨ ਵਾਲੀਆਂ ਨੇ, ਮੋਰਚਾ ਲਾਉਣ ਵਾਲੀਆਂ ਨੇ, ਇਹ ਸੋਚੇ ਬਿਨਾਂ ਕਿ ਜੇ ਇਸ ਮੌਕੇ ਸਟੇਟ ਨੂੰ ਕੁਝ ਹਾਸਲ ਹੁੰਦਾ ਜਿਹੜਾ ਕਦੇ ਵੀ ਨਹੀਂ ਹੋਇਆ ਤੇ ਉਹ ਕਰ ਲੈਣਾ ਚਾਹੀਦਾ ਸੀ। ਇਹਦਾ ਮਤਲਬ ਸਾਡੀ ਲੀਡਰਸ਼ਿਪ ਦੇ ਵਿਜ਼ਨ ਵਿੱਚ ਕੋਈ ਥੋੜ ਸੀਗੀ, ਅਸੀਂ ਵਿਜ਼ਨਰੀ ਨਹੀਂ ਸੀਗੇ, ਦੂਰਾਂ ਦੇਸ਼ ਨਹੀਂ ਸੀ। ਦੇਖੋ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ, ਇਸ ਕਰਕੇ ਕਿ ਬਾਕੀ ਲੀਡਰ ਹੈ ਨਹੀਂ, ਇਕੱਲੇ ਬਾਦਲ ਸਾਹਿਬ ਇਸ ਵੇਲੇ ਹਨ, ਉਹਨਾਂ ਨੂੰ ਹੀ ਇਹ ਸਵਾਲ ਹੋ ਸਕਦਾ। ਲੇਕਿਨ ਇੱਕ ਗੱਲ ਬੜੀ ਕਲੀਅਰ ਹੈ ਕਿ ਡਿਸੀਜਨ ਮੇਕਰ ਅਕਾਲੀ ਦਲ ਲੀਡਰਸ਼ਿਪ ਹਮੇਸ਼ਾ ਪੰਜ ਚਾਰਾਂ ਦੀ ਵੱਡੀ ਜੁਆਇੰਟ ਰਹੀ। ਪੰਜਾਬ ਦੇਖਦੇ ਰਹੇ ਹੋ ਕਿ ਜਿੰਨੇ ਫੈਸਲੇ ਹੁੰਦੇ ਸੀ ਪਹਿਲਾਂ ਵੀ ਮਸਤਾਰਾ ਸਿੰਘ ਭਗਤ, ਉਦੋਂ ਵੀ ਚਾਰ ਪੰਜ ਗਿਆਨੀ, ਕਰਤਾਰ ਸਿੰਘ, ਊਧਮ ਸਿੰਘ, ਨਾਗੋਕੇ, ਸਰ ਬਲਦੇਵ ਸਿੰਘ, ਇਹ ਲੀਡਰ ਉੱਪਰ ਹੋ ਕੇ ਸਰ ਸਵਰਨ ਸਿੰਘ ਇਹ ਫੈਸਲੇ ਕਰੇ। ਸੋ ਬਾਦਲ ਸਾਹਿਬ ਦੀ ਮੈਂ ਸਮਝਦਾ ਇਹ ਵਡਿਆਈ, ਮੈਂ ਤਾਂ ਸਮਝਦਾ ਕਿ ਉਹਨਾਂ ਨੇ ਕਦੇ ਆਪਣੇ ਇਕੱਲੇ 'ਤੇ ਡਿਸੀਜਨ ਮੇਕਿੰਗ ਨਹੀਂ ਛੱਡੀ, ਉਹ ਹਮੇਸ਼ਾ ਲੀਡਰਸ਼ਿਪ ਦੀ ਗੱਲ ਕਰਦੇ ਰਹੇ। ਫੈਸਲਾ ਕੋਰ ਕਮੇਟੀ ਕਰੂ, ਦੁਨੀਆਂ ਜਾਣਦੀ ਹੈ ਕਿ ਫੈਸਲੇ ਬਾਦਲ ਸਾਹਿਬ ਆਪ ਕਰਦੇ ਰਹੇ, ਭਾਵੇਂ ਅੱਜ ਕੱਲ ਸੁਖਬੀਰ ਕਰਦੇ, ਫੈਸਲਾ ਆਲਰੇਡੀ ਕੀਤਾ ਹੁੰਦਾ ਲੇਕਿਨ ਸਹਿਮਤੀ ਲੈਣੀ ਹੁੰਦੀ ਹੈ। ਅੱਜ ਜੇਕਰ ਕੋਈ ਪ੍ਰਾਪਤੀਆਂ ਹੋਣ ਤੇ ਉਹ ਵੀ ਬਾਦਲ ਸਾਹਿਬ ਦੇ ਖਾਤੇ 'ਚ ਜਾਣਗੀਆਂ, ਲੇਕਿਨ ਜੇ ਵੱਡੇ ਨੁਕਸਾਨ ਹੈ ਤੇ ਅੱਜ ਅਸੀਂ ਉਸ ਲੀਡਰਸ਼ਿਪ ਦੇ ਖਾਤੇ 'ਚ ਹੀ ਪਾਵਾਂਗੇ ਨਾ ਜੀ। ਸਾਰਾ ਦੇਸ਼ ਘੁੱਗ ਵੱਸਦਾ ਹੈ ਤੇ ਐਮਰਜੈਂਸੀ ਨੇ ਸਾਨੂੰ ਹਜ਼ਾਰਾਂ ਲਾਸ਼ਾਂ ਸਾਡੇ ਪਿੰਡੇ ਤੇ ਅਸੀਂ ਵੀ ਢੋਈ ਜਾਂਦੇ ਹਾਂ, ਅਜੇ ਮੋਢਿਆਂ 'ਤੇ ਚੱਕ ਕੇ ਤੁਰੇ ਫਿਰਦੇ ਹਾਂ। ਅੱਜ ਸਾਡੇ ਹਜ਼ਾਰਾਂ ਪਰਿਵਾਰ ਅਜੇ ਵੀ ਪ੍ਰਭਾਵਿਤ ਨੇ, ਅੱਜ ਸਾਡੀ ਦਿੱਲੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਇਹ ਉੱਥੇ ਵਿਧਵਾਵਾਂ ਦੀਆਂ ਬਸਤੀਆਂ ਨੇ, ਸਾਡੇ ਇੱਥੇ ਵਿਧਵਾਵਾਂ ਦੀਆਂ ਬਸਤੀਆਂ ਨੇ, ਅਸੀਂ ਖੱਟਿਆ ਕਮਾਇਆ ਕੀ, ਜਾਂਦੇ ਜਾਂਦੇ ਬਸ ਇੰਨੀ ਕੀ ਗੱਲ। ਨਹੀਂ, ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਇਹ ਕਮੈਂਟ ਦੇਣਾ ਬੜਾ ਔਖਾ, ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਦੋਂ ਐਮਰਜੈਂਸੀ ਮਨਾਈ ਜਾਂਦੀ ਹੈ ਉਦੋਂ ਦੇਸ਼ ਵਾਲੇ ਅਕਾਲੀ ਦਲ ਦਾ ਨਾਂ ਹੀ ਨਹੀਂ ਲੈਂਦੇ,
सवाल यह है कि पिछे जे एक मैं लेख लिखा सी कोई 6-7-8 साल हो अकाली दल इको है जिन्हें 45,000 बंदा कैद कराया पर जी सरकार आई भुल गई बी सा कदर ही नहीं पाई अकाली दल का अरकल भी इन्ना कुछ होया मजाल है किसी ने क्यों भी अकाली दल अगे खड़ा अच्छा मोदी मोदी इन्हों भाईवाल जो चाहते तो अकाली दल का एक लाइन जिक्र कर सकते हैं ਇਹ ਲੇਖ ਲਿਖਿਆ ਜੀਤ ਛਪਿਆ ਸੀ ਕਿ ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਜਦੋਂ ਐਨੀਵਰਸਰੀ ਮਨਾਈ ਜਾਂਦੀ ਹੈ ਦੇਖੋ ਨਾ 75 ਦੀ ਐਨੀਵਰਸਰੀ ਜੀ 25 ਸਾਲਾ ਹੋਇਆ 2000 ਚ ਉਦੋਂ ਬੀਜੇਪੀ ਸਰਕਾਰ ਸੀ ਇਹਨਾਂ ਨੇ ਬੜੀ ਵੱਡੀ ਇਹ 25 ਸਾਲਾ ਮਨਾਈ ਅਕਾਲੀ ਦਲ ਦਾ ਨਾਂ ਹੀ ਨਹੀਂ ਮੈਂ ਉਦੋਂ ਵੀ ਇਹ ਲੇਖ ਲਿਖਿਆ ਵੀ ਦੇਸ਼ ਵਾਸੀਓ ਇੰਨੀ ਵੱਡੀ ਸਿੱਖਾਂ ਦੀ ਕੁਰਬਾਨੀ ਭੁੱਲੀ ਜਾਂਦੇ ਹੋ ਜਿਵੇਂ ਸਾਡੀ ਫਰੀਡਮ ਫਾਈਟਰ ਦੀ ਮੂਵਮੈਂਟ 80% ਅਸੀਂ ਫਾਂਸੀ ਚੜੇ ਕੋਈ ਯਾਦ ਹੀ ਨਹੀਂ ਕਰਦਾ ਕੋਈ ਕਹਿੰਦਾ ਹੀ ਨਹੀਂ ਇਹ ਹੁਣ ਛੱਡੋ ਜਿਹੜਾ ਹੈ ਲਦਾਖ ਹੋਇਆ ਤੇ ਸ਼ਾਦੀ 20 ਸ਼ਹੀਦ ਹੋਏ ਨਾ 4 ਸਾਡੇ ਤੋਂ 25% ਸ਼ਹਾਦਤ ਸਾਡੀ ਹੈ 25% ਸ਼ਹਾਦਤ ਹੈ ਲੇਕਿਨ ਹਾਲਾਂ ਵੀ ਉਹ ਜਿਹੜੇ ਸਿੱਖ ਜਿਹਨਾਂ ਨੇ ਇੱਕ ਕੱਲ੍ਹ ਲਦਾਖ ਦੇ ਜਰਨਲਿਸਟ ਨੇ ਕਮਾਲ ਲਿਖਿਆ ਕਿ ਕਿਵੇਂ ਉਹ ਜਿਹੜੇ ਸਿੱਖ ਪਲਟਨ ਛੋਟੀ ਜਿਹੀ ਖੜੀ ਸੀ ਉਹ ਦੌੜ ਕੇ ਬੋਲੇ ਸੁਨਿਆਲ ਕਰਦੇ ਗਏ ਤੇ ਜਿਹੜਾ ਕਰਨਲ ਮਰਿਆ ਚਾਈਨੀ ਉਹ ਨਾ ਸਿੱਖਾਂ ਨੇ ਜਾ ਕੇ ਮਾਰਿਆ ਉਹ ਜੇ ਗਲ ਫੜ ਗਏ ਉੱਥੇ ਹੀ ਮਾਰਤਾ ਸੋ ਇਹ ਬੜੀ ਵੱਡੀ ਗੱਲ ਹੈ ਉਹ ਵੀ ਨਹੀਂ ਹਾਈਲਾਈਟ ਹੋ ਰਹੀ ਸੋ ਸਾਨੂੰ ਤਾਂ ਇੱਕ ਬਦਕਿਸਮਤੀ ਹੈ ਕਿ ਸਿੱਖ ਦੇਸ਼ ਲਈ ਲੜਦਾ ਸਿੱਖ ਦੇਸ਼ ਦੇ ਨਾਲ ਖੜਾ ਪਰ ਸਿੱਖ ਦੀ ਜੋ ਕਦਰ ਪੈਣੀ ਚਾਹੀਦੀ ਹੈ ਉਹ ਪਤਾ ਨਹੀਂ ਕਿਉਂ ਭੁੱਲ ਜਾਂਦੇ ਹਨ ਅਸੀਂ ਫਿਰ ਵੀ ਦੇਸ਼ ਨਾਲ ਹਾਂ ਫਿਰ ਵੀ ਹਰ ਵਕਤ ਤਿਆਰ ਬਰ ਤਿਆਰ ਅੱਛਾ ਇੱਕ ਸਵਾਲ ਪਿਛਲੇ ਦਿਨਾਂ 'ਚ ਉੱਠਿਆ ਜੀ ਬੜਾ ਅਹਿਮ ਸਵਾਲ ਸੀ ਆਪਾਂ ਉੱਤੇ ਡਿਸਕਸ ਨਹੀਂ ਕਰਨਾ ਲੇਕਿਨ ਇੱਕ ਤੂਕ ਮਾਤਰ ਆਪਾਂ ਉਹਨੂੰ ਲੈਣਾ ਚਾਹਾਂਗੇ ਜਿਵੇਂ ਯੂਪੀ ਦੇ ਵਿੱਚ ਰੌਲਾ ਰੱਪਾ ਪਿਆ ਉੱਥੇ ਕਿਸਾਨਾਂ ਨਾਲ ਮੁਸ਼ਕਲ ਆਈ ਮੈਂ ਨਹੀਂ ਮੈਂ ਸਿੰਪਲ ਇੱਕ ਗੱਲ ਕਰਨ ਲੱਗਿਆ ਇੱਕ ਸਵਾਲ ਬੜਾ ਵੱਡਾ ਉੱਠ ਕੇ ਸਾਡੇ ਸਾਹਮਣੇ ਖੜਾ ਹੋਇਆ ਇਸ ਮੰਚ ਨੂੰ ਸਵਾਲ ਹੋਇਆ ਸਿੱਧਾ ਸਿੱਧਾ ਦੋ ਤਿੰਨ ਥਾਵਾਂ ਤੇ ਹੋਰ ਮੁਸ਼ਕਲਾਂ ਖੜੀਆਂ ਵਿਦੇਸ਼ ਚ ਵੀ ਹੋਈਆਂ ਲੋਕ ਕਹਿੰਦੇ ਆ ਕਿ ਸਾਡੇ ਦਿੱਲੀ ਦੇ ਵਿੱਚ ਇੱਕ ਕੋਰ ਗਰੁੱਪ ਹੋਵੇ ਜਿਹੜਾ ਭੱਜ ਕੇ ਜਾ ਕੇ ਕਿਤੇ ਗ੍ਰਹਿ ਮੰਤਰਾਲੇ ਕੋਲ ਜਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਵਿਦ ਇਨ ਮਿੰਟਸ 1-1.5 ਘੰਟੇ ਚ ਅਪਰੋਚ ਕਰ ਸਕੇ ਔਰ ਉਹ ਸਾਰੇ ਦੇਸ਼ ਦੇ ਵਿੱਚ ਸਿੱਖਾਂ ਦੀ ਜਾਂ ਵਿਦੇਸ਼ ਦੇ ਵਿੱਚ ਸਿੱਖਾਂ ਦੀ ਜਿਹੜੀ ਆ ਪ੍ਰਤੀਨਿਧਤਾ ਕਰਦਾ ਹੋਵੇ 5-1 ਬੰਦੇ ਐਸੇ ਚੂਜ਼ ਕੀਤੇ ਜਾਣ ਜਿਹੜੇ ਕਿਸੇ ਵੀ ਪੱਧਰ ਤੇ ਕਿਸੇ ਸਟੇਟ ਜਾਂ ਕਿਸੇ ਦੇਸ਼ ਪ੍ਰਦੇਸ਼ ਦੇ ਵਿੱਚ ਕੋਈ ਮਸਲਾ ਪੈਦਾ ਹੋਵੇ ਕੌਮ ਨਾਲ ਸੰਬੰਧਿਤ ਤੇ ਉਹ ਘੱਟੋ ਘੱਟ ਹਾਕਮਾਂ ਦੇ ਕੰਨਾਂ ਤੱਕ ਪਹੁੰਚਾ ਸਕੇ ਜਾਂ ਉਹਦੀ ਬੁੱਕ ਤੇਨੀ ਹੋਵੇ ਅਗਲਿਆਂ ਨੂੰ ਲੱਗੇ ਕਿ ਇਹੀ ਉਹਨਾਂ ਦੇ ਪ੍ਰਤੀਨਿਧਾ ਇਹ ਇਹਨਾਂ ਦੀ ਗੱਲ ਸੁਣਨੀ ਪੈਣੀ ਹੈ ਸੋ ਮੈਨੂੰ ਲੱਗਦਾ ਕਿ ਇਹਦੇ ਤੇ ਤੁਹਾਨੂੰ ਕੰਮ ਕਰਨਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੁਸੀਂ ਸਾਰੇ ਦਿਨ ਲੱਗੇ ਹੋ ਇਸ ਗੱਲ ਕਿ ਪੰਜਾਬ ਦੀ ਕਿਵੇਂ ਮਸਲੇ ਹੱਲ ਹੋਣ ਮੈਂ ਇੱਕੋ ਗੱਲ ਮੰਨਦਾ ਕਿ ਸਾਡੇ 20 ਮੈਂਬਰ ਪਾਰਲੀਮੈਂਟਾਂ ਚੋਂ ਇੱਕ ਸਿੱਖ ਫੋਰਮ ਇਹਨਾਂ ਦਾ ਬਣੇ ਜੀ ਅਬਵ ਪਾਰਟੀ ਲਾਈਨ ਇਹਨੂੰ ਕਹਿਣ ਪ੍ਰੈਸ਼ਰ ਗਰੁੱਪ ਆਫ ਪੰਜਾਬ ਆਪਣਾ ਇਹ ਮਸਲੇ ਪੰਜਾਬ ਦੇ ਹੈ ਇਕੱਲੇ ਸਿੱਖਾਂ ਦੇ ਨਹੀਂ ਯੂਪੀ 'ਚ ਹਿੰਦੂ ਔਰ ਸਿੱਖ ਦੋਵਾਂ ਦੀ ਜ਼ਮੀਨ ਹੈ ਪਰ ਇਹ ਸਾਡੇ MP ਇਕੱਠੇ ਹੋ ਕੇ ਬਹਿੰਦੇ ਹੀ ਨਹੀਂ ਲੇਕਿਨ ਜਿਹੜਾ ਤੁਸੀਂ ਯੂਪੀ ਦਾ ਸਵਾਲ ਉੱਠਿਆ ਉਹਦੀ ਇੱਕ ਦੋ ਲਾਈਨਾਂ ਮੈਂ ਬੋਲਦੇ ਹਾਂ ਕਿ ਸਾਰੇ ਇੰਡੀਆ ਵਿੱਚ ਪੰਜਾਬ ਫਾਰਮਰ 1950 ਤੋਂ ਬਾਅਦ ਵਸਾਏ ਗਏ ਕਿਉਂਕਿ ਦੇਸ਼ 'ਚ ਫੈਮਨ ਸੀ ਕਾਲ ਪੈ ਗਿਆ ਸੀ ਕਿਉਂਕਿ ਉਹਨਾਂ ਕਿਹਾ ਵੀ ਜੋ ਜ਼ਮੀਨਾਂ ਜੰਗਲਾਂ ਦੀਆਂ ਪੰਚਾਇਤਾਂ ਦੀਆਂ ਉਹ ਪੰਜਾਬੀ ਫਾਰਮਰ ਨੂੰ ਦਿਓ ਉਦੋਂ ਹਰਿਆਣਾ ਪੰਜਾਬ ਇਕੱਠਾ ਸੀ ਜਿਹੜੇ ਅਸੀਂ ਉੱਥੇ ਬੈਠੇ ਹਾਂ ਨਾ ਇਹ ਅਸੀਂ ਜ਼ਮੀਨ ਦੇ ਮਾਲਕ ਨਹੀਂ ਅਸੀਂ ਪੱਟੇਦਾਰ ਹਾਂ ਲੀਜ਼ 'ਤੇ ਹੈ ਔਰ ਜੰਗਲ ਜ਼ਮੀਨ ਦਾ ਕੋਈ ਮਾਲਕ ਨਹੀਂ ਬਣ ਸਕਦਾ ਇਹ ਜੰਗਲ ਜਿਹੜਾ ਗੌਰਮੈਂਟ ਇੰਡੀਆ ਦੇ ਅੰਡਰ ਹੈ ਯੂਪੀ 'ਚ ਉਹਨਾਂ ਨੂੰ ਟੈਂਪਰੇਰੀਲੀ ਸਾਨੂੰ ਰਿਲੀਫ ਮਿਲ ਗਿਆ ਕਿ ਜਿਹੜੇ ਉਹ ਰੁਕ ਗਏ ਲੇਕਿਨ ਪਰਮਾਨੈਂਟ ਹੱਲ ਨਹੀਂ ਪਰਮਾਨੈਂਟ ਹੱਲ ਉਹ ਹੈ ਜੋ ਹਰਿਆਣਾ ਸਰਕਾਰ 'ਚ ਹੋਇਆ ਕਿ ਅਸੈਂਬਲੀ ਨੇ ਬਿੱਲ ਲਿਆਂਦਾ ਕਿ 33-33 ਸਾਲ 3 ਵਾਰੀ 99 ਸਾਲ ਦਾ ਲੀਜ਼ ਹੋ ਰਿਹਾ ਸੈਂਟਰ ਗੌਰਮੈਂਟ ਕੋਲ ਪੰਜਾਬ ਗੌਰਮੈਂਟ ਅਕਾਲੀ ਦਲ ਔਰ ਸਾਰੇ MP ਇਕੱਠੇ ਹੋ ਕੇ ਹੋਮ ਮਿਨਿਸਟਰ ਮੀਟਿੰਗ ਬੁਲਾਵੇ ਔਰ ਇੰਡੀਆ ਦੀਆਂ ਹਰ ਸਟੇਟ 'ਚ ਜਿਹੜੇ ਇਹ ਫਾਰਮਰ ਵਸਾਏ ਗਏ ਉਹਨਾਂ ਬਾਰੇ ਸੈਂਟਰ ਗੌਰਮੈਂਟ ਬਿੱਲ ਬਣਾਵੇ ਇਹਦੇ ਸਾਰੇ ਗੁਜਰਾਤ ਮੱਧ ਪ੍ਰਦੇਸ਼ ਹਰਿਆਣਾ UP ਇਹ ਹਰ ਜਗ੍ਹਾ ਸਿੱਖ ਵਸੇ ਰਾਜਸਥਾਨ ਸੋ ਇਹ ਸਾਰਿਆਂ ਨੂੰ ਦੇਣ ਲਈ ਹੋਮ ਮਿਨਿਸਟਰੀ ਹੀ ਇਹ UP ਟੈਂਪਰੇਰੀ ਹੈ ਪਰਮਾਨੈਂਟ ਹੱਲ ਕਰਨ ਲਈ ਹਰਿਆਣਾ ਫਾਰਮੂਲਾ ਉਹ ਸੈਂਟਰ ਗੌਰਮੈਂਟ ਕਹਿ ਕੇ ਸਾਰੇ MP ਬਹਿਣ ਖਾਸ ਕਰਕੇ ਜਿਹੜੇ ਸਾਡੇ ਦੋਨੋਂ ਮੰਤਰੀ ਸਾਹਿਬਾਨ ਇਸ ਲਈ ਮੀਟਿੰਗ ਬੁਲਾਉਣ ਤਾਂ ਕਿ ਪਰਮਾਨੈਂਟ ਹੱਲ ਕੱਢੋ ਤਾਂ ਕਿ ਲੋਕ ਰੋਜ਼ ਨਾ ਰੋਲਣ ਕਦੇ ਮੱਧ ਪ੍ਰਦੇਸ਼ 'ਚ ਇੱਕ ਪਿੰਡ 'ਚ ਹੋ ਗਿਆ ਕਦੇ ਹੁਣ ਹੋ ਗਿਆ ਇੱਕ ਪਿੰਡ 'ਚ ਪਰਮਾਨੈਂਟ ਹੱਲ ਲਈ ਜ਼ਰੂਰੀ ਹੈ ਸੈਂਟਰ ਗੌਰਮੈਂਟ ਇੱਕ ਨਵਾਂ ਐਕਟ ਇਹਨਾਂ ਲਈ ਲਿਆਵੇ ਕਿ ਜਿਹੜੇ ਲੋਕਾਂ ਨੇ ਆ ਕੇ ਜ਼ਮੀਨ ਆਬਾਦ ਕੀਤੀ ਅਸੀਂ ਉਹਨਾਂ ਨੂੰ ਪਰਮਾਨੈਂਟ ਰਿਲੀਫ ਦੇਣਾ ਚਾਹੁੰਦੇ ਬਹੁਤ ਮਿਹਰਬਾਨੀ ਸਰਦਾਰ ਸਾਹਿਬ ਬਹੁਤ ਧੰਨਵਾਦ ਤੁਸੀਂ ਬੜੀ ਵਧੀਆ ਜਾਣਕਾਰੀ ਅਕਸਰ ਦਿੰਦੇ ਹੋ ਕਿਉਂਕਿ ਤੁਸੀਂ ਗਵਾਹ ਹੋ ਘਟਨਾਵਾਂ ਦਾ ਔਰ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਸਮਾਂ ਬੀਤ ਜਾਂਦਾ ਹੈ
ਤੇ ਉਹਨਾਂ ਦਾ ਸਹੀ ਪੜਚੋਲ ਕਰਨੀ ਔਖੀ ਹੋ ਜਾਂਦੀ ਹੈ ਕਿਉਂਕਿ ਤੱਥ ਜਿਹੜੇ ਆ ਉਹਨਾਂ ਦਾ ਮਿਲਗੋਭਾ ਹੋ ਜਾਂਦਾ। ਜੋ ਦੇਖਿਆ ਹੁੰਦਾ ਹੈ ਉਹਦੇ ਬਾਰੇ ਸਪਸ਼ਟ ਯਕੀਨ ਨਹੀਂ ਹੁੰਦਾ ਕਿ ਇਹ ਸੱਚ ਆ। ਮਿਹਰਬਾਨੀ, ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ।